ਤਾਂ ਮੈਂ ਉਸ ਗੋਦੀ ਮੀਡੀਆ ਨੂੰ ਕਹਿਣਾ ਚਾਹੁੰਦਾ ਵੀ ਜਿਸ ਪੰਜਾਬ ਨੂੰ ਨਸ਼ੇੜੀ ਕਹਿੰਦੀ ਹੈ ਆਹ ਖੜਾ ਪੰਜਾਬ ਸਾਰੇ ਦੇ ਸਾਰੇ ਟਾਈਟਲ ਜਿੱਤੇ ਨੇ ਯਾਰ ਤੁਹਾਡੇ ਨੇ ਸਤਿ ਸ੍ਰੀ ਅਕਾਲ ਡਿਸਟ੍ਰਿਕਟ ਤੋਂ ਲੈ ਕੇ ਵਰਲਡ ਚੈਂਪੀਅਨਸ਼ਿਪ ਦੇ ਸਾਰੇ ਟਾਈਟਲ ਜਿੱਤੇ ਹੋਏ ਨੇ ਸਭ ਤੋਂ ਪਹਿਲਾਂ ਤਾਂ ਮੈਂ ਉਸ ਗੋਦੀ ਮੀਡੀਆ ਨੂੰ ਕਹਿਣਾ ਚਾਹੁੰਦਾ ਵੀ ਜਿਸ ਪੰਜਾਬ ਨੂੰ ਨਸ਼ੇੜੀ ਕਹਿੰਦੀ ਹੈ ਆਹ ਖੜਾ ਪੰਜਾਬ ਸਾਰੇ ਦੇ ਸਾਰੇ ਟਾਈਟਲ ਜਿੱਤੇ ਨੇ ਯਾਰ ਤੁਹਾਡੇ ਨੇ ਸਤਿ ਸ੍ਰੀ ਅਕਾਲ ਦੂਜੀ ਗੱਲ ਕਾਨੂੰਨ ਤਾਂ ਅਸੀਂ ਰੱਦ ਕਰਾਵਾਂਗੇ ਕਰਾਵਾਂਗੇ ਸਾਨੂੰ ਅੱਤਵਾਦੀ ਵੱਖਵਾਦੀ ਕਹਿਣ ਵਾਲੇ ਲੋਕ ਗੋਦੀ ਮੀਡੀਆ ਤੇ ਮੋਦੀ ਜੀ ਇਹ ਗੱਲ ਧਿਆਨ ਨਾਲ ਸੁਣ ਲਓ ਇਹ ਦੇਸ਼ ਸਾਡੇ ਬਜ਼ੁਰਗਾਂ ਨੇ ਆਜ਼ਾਦ ਕਰਵਾਇਆ ਸਭ ਤੋਂ ਜ਼ਿਆਦੀਆਂ ਕੁਰਬਾਨੀਆਂ ਸਾਡੇ ਬਜ਼ੁਰਗਾਂ ਨੇ ਦਿੱਤੀਆਂ ਫਿਰ ਅਸੀਂ ਇਹ ਦੇਸ਼ ਕਿਉਂ ਛੱਡੀਏ ਕੋਈ ਹੱਕ ਨਹੀਂ ਬਣਦਾ ਇਹ ਦੇਸ਼ ਸਾਨੂੰ ਛੱਡਣ ਦਾ ਜਿਹੜੇ ਸਾਨੂੰ ਕਹਿੰਦੇ ਨੇ ਤੁਸੀਂ ਅੱਤਵਾਦੀ ਹੋ ਵੱਖਵਾਦੀ ਹੋ ਭਾਈ ਤੁਸੀਂ ਆਪਣਾ ਦੇਖੋ ਅਸੀਂ ਤਾਂ ਇੱਥੇ ਹੀ ਰਵਾਂਗੇ ਦੂਜੀ ਬਹੁਤ ਜ਼ਰੂਰੀ ਗੱਲ ਤੀਜੀ ਬਹੁਤ ਜ਼ਰੂਰੀ ਗੱਲ ਵੀ ਬਹੁਤ ਦੇਖ ਕੇ ਮੋਦੀ ਜੀ ਇਹ ਗੱਲ ਦਾ ਬੜਾ ਅਸੀਂ ਤੁਹਾਡਾ ਸ਼ੁਕਰਗੁਜ਼ਾਰ ਕਰਦੇ ਹਾਂ ਵੀ ਅੱਜ ਤੁਸੀਂ ਪਾਇਆ ਤੇ ਕਲੇਸ਼ ਕੋਈ ਹੋਰ ਸੀਗਾ ਹਿੰਦੂ ਵੀਰ ਸਿੱਖ ਵੀਰ ਮੁਸਲਮਾਨ ਭਾਈਚਾਰਾ ਅਸੀਂ ਸਾਰੇ ਇੱਕ ਛੱਤ ਥੱਲੇ ਇਕੱਠੇ ਹੋ ਗਏ ਹਾਂ ਗੁਰੂ ਨਾਨਕ ਸਾਹਿਬ ਦਾ ਚਲਾਇਆ ਹੋਇਆ ਲੰਗਰ ਚੱਲ ਰਿਹਾ ਜੀ ਤੇ ਸਾਡੇ ਕੋਲੋਂ ਮੈਂ ਇੱਕ MBA ਹੋਲਡਰ ਹਾਂ ਜੀ ਆਈ ਨੋ ਹਾਊ ਟੂ ਸਪੀਕ ਇੰਗਲਿਸ਼ ਮੈਨੂੰ ਪਤਾ ਪੰਜਾਬੀ 'ਚ ਗੱਲ ਕਿੱਦਾਂ ਕਰਨੀ ਹੈ ਮੁਝੇ ਹਿੰਦੀ ਵੀ ਬੋਲਣੀ ਆਉਂਦੀ ਹੈ ਅਸੀਂ ਅਨਪੜ੍ਹ ਨਹੀਂ ਅਸੀਂ ਬੇਵਕੂਫ ਨਹੀਂ ਅਸੀਂ ਸਭ ਜਾਣਦੇ ਹਾਂ ਸਾਨੂੰ ਪਤਾ ਸਾਡੇ ਲਈ ਚੰਗਾ ਕੀ ਹੈ ਸਾਡੇ ਲਈ ਮਾੜਾ ਕੀ ਹੈ ਜਿਹੜੀ ਚੀਜ਼ ਸਾਨੂੰ ਚਾਹੀਦੀ ਨਹੀਂ ਸਾਨੂੰ ਧੱਕੇ ਨਾਲ ਨਾ ਦਿੱਤੀ ਜਾਵੇ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ